ਪੰਜਾਬ ਸਰਕਾਰ ਮੁਰਦਾਬਾਦ, ਸਿਆਸੀ ਮਜ਼ਦੂਰ ਸਭਾ ਜਿੰਦਾਬਾਦ। ਪਿਛਲੇ ਇੱਕ ਵਰਸ਼ ਸੇ ਪਰੇਸ਼ਾਨੀ ਝੇਲ ਰਹੇ ਗਰੀਬ ਪਰਿਵਾਰੋਂ ਨੇ ਨਜਾਇਜ਼ ਕਾਟੇ ਗਏ ਰਾਸ਼ਨ ਕਾਰਡੋ ਕੋ ਬਹਾਲ ਕਰਨੇ ਔਰ ਰਾਸ਼ਨ ਕਾਰਡੋ ਸੰਬੰਧੀ ਅਨਿਯ ਮੰਗੋ ਕੋ ਲੇਕਰ ਦਿਹਾਤੀ ਮਜ਼ਦੂਰ ਸਭਾ ਕੀ ਔਰ ਸੇ ਮੁੱਖ ਮੰਤਰੀ ਪੰਜਾਬ ਏਵਂ ਖਾਦਯ ਏਵਂ ਨਾਗਰਿਕ ਆਪੂਰਤੀ ਮੰਤਰੀ ਕੋ ਜ਼ਿਲ੍ਹਾ ਉਪਾਯੁਕਤ ਪਠਾਨਕੋਟ ਕੇ ਮਾਧਿਅਮ ਸੇ ਮੰਗੋ ਕੋ ਜਲਦ ਸਮਾਧਾਨ ਕਰਨੇ ਹੇਤੂ ਗਿਆਪਨ ਭੇਂਟ ਕੀਆ। ਦਿਹਾਤੀ ਮਜ਼ਦੂਰ ਸਭਾ ਜ਼ਿਲ੍ਹਾ ਪਠਾਨਕੋਟ ਕੇ ਅਜੀਤ ਰਾਮ ਗੰਦਲਾ ਲਾੜੀ ਔਰ ਪ੍ਰਵੀਨ ਕੁਮਾਰ ਬੰਮਿਆਲ ਨੇ ਸੰਯੁਕਤ ਰੂਪ ਸੇ ਬਤਾਇਆ ਕਿ ਜ਼ਿਲ੍ਹਾ ਪਠਾਨਕੋਟ ਕੇ ਵਿਭਿੰਨ ਗਾਓਂ ਕੇ ਗਰੀਬ ਪਰਿਵਾਰੋਂ ਨੇ ਨਜਾਇਜ਼ ਕਾਟੇ ਗਏ ਰਾਸ਼ਨ ਕਾਰਡੋਂ ਕੋ ਬਹਾਲ ਕਰਨੇ, ਰਾਸ਼ਨ ਕਾਰਡੋਂ ਮੇ ਬਿਨਾਂ ਕਿਸੀ ਕਾਰਨ ਕੁਛ ਮੈਂਬਰੋਂ ਕੇ ਕਾਟੇ ਗਏ ਨਾਮੋਂ ਕੋ ਪੁਨਾ ਸ਼ਾਮਿਲ ਕਰਵਾਨੇ ਏਵਂ ਜ਼ਰੂਰਤਮੰਦ ਗਰੀਬ ਲੋਗੋਂ ਕੇ ਨਏ ਰਾਸ਼ਨ ਕਾਰਡ ਬਣਾਨੇ ਹੇਤੂ 20 ਜੂਨ 2023 ਕੋ ਜ਼ਿਲ੍ਹਾ ਖਾਦਯ ਏਵਂ ਆਪੂਰਤੀ ਕੰਟਰੋਲਰ ਪਠਾਨਕੋਟ ਔਰ 4 ਸਤੰਬਰ 2023 ਕੋ SDM ਪਠਾਨਕੋਟ ਕੋ ਮੰਗ ਪੱਤਰ ਦਿਏ ਥੇ। ਦਿਹਾਤੀ ਮਜ਼ਦੂਰ ਸਭਾ ਕੇ ਰਾਜਯ ਨੇਤਾ ਕਾਮਰੇਡ ਪਲਵਿੰਦਰ ਸਿੰਘ ਔਰ ਗੁਰਨਾਮ ਸਿੰਘ ਭਿੰਡਰ ਨੇ ਕਿਹਾ ਕਿ ਪਿਛਲੇ ਮਹੀਨੇ 9 ਦਸੰਬਰ ਸੇ 11 ਦਸੰਬਰ ਤੱਕ 4 ਮੰਤਰੀਓਂ ਕੇ ਘਰੋਂ ਕੇ ਸਾਹਮਣੇ 3 ਦਿਵਸੀਯ ਧਰਨਾ ਦੇਣੇ ਕੇ ਬਾਅਦ ਨਜਾਇਜ਼ ਕਾਟੇ ਗਏ ਰਾਸ਼ਨ ਕਾਰਡੋਂ ਕੋ ਬਹਾਲ ਕਰਨੇ ਹੇਤੂ ਪੰਜਾਬ ਸਰਕਾਰ ਕੇ ਸਾਹਮਣੇ ਰੱਖਾ ਗਿਆ ਥਾ, ਪਰੰਤੂ ਮਾਨ ਸਰਕਾਰ ਪੇਂਡੂ ਏਵਂ ਖੇਤ ਮਜ਼ਦੂਰ ਜਥੇਬੰਦੀਓਂ ਕੋ ਬਾਰ ਬਾਰ ਬਾਤਚੀਤ ਕਾ ਸਮੇਂ ਦੇ ਕਰ ਮੀਟਿੰਗ ਨਹੀਂ ਕਰ ਰਹੀ, ਜੋ ਕਿ ਗਰੀਬ ਲੋਗੋਂ ਕੇ ਸਾਥ ਇੱਕ ਧੋਖਾ ਹੈ। ਪਠਾਨਕੋਟ ਸੇ ਸੋਨੂ ਗੁਪਤਾ ਕੀ ਰਿਪੋਰਟ, AMI ਨਿਊਜ਼ ਪੰਜਾਬ। ਲਾੜੀ ਦਿਹਾਤੀ ਮਿਸਾ ਵੱਲੋਂ ਮੈਂ ਇਹ ਕਹਿਣਾ ਚਾਹੁੰਦਾ, ਅਸੀਂ ਪਿਛਲੇ ਸਮੇਂ ਲਗਾਤਾਰ ਧਰਨਾ ਦਿੱਤਾ ਹੈ, ਸਰਕਾਰ ਦੇ ਪ੍ਰਸ਼ਾਸਨ ਦੇ ਅੱਜ ਲਗਾਤਾਰ ਉਹਦੇ ਮਿਲ ਰਹੇ ਵੀ ਰਹੇ ਹਾਂ, ਲੇਕਿਨ ਉਹ ਆਪਣੇ ਉਸੇ ਹੀ ਗੱਲਾਂ ਮੁੜ ਮੁੜ ਕੇ ਕਹਿ ਰਹੇ ਨੇ, ਬਸ ਪੋਰਟਲ ਨਹੀਂ ਖੋਲਿਆ, ਪੋਰਟਲ ਨਹੀਂ ਖੋਲਿਆ। ਅਸੀਂ ਦਿਹਾਤੀ ਮਿਸਾ ਵੱਲੋਂ ਇਹ ਕਹਿਣਾ ਚਾਹੁੰਦੇ ਹਾਂ, ਪਿਛਲੇ ਸਮੇਂ SDM ਸਾਹਿਬ ਨੇ ਸਾਨੂੰ ਵਗਲਾ ਕੇ ਜਾਂ ਝੂਠ ਮਾਰ ਕੇ ਡੇਟ ਦੇ ਕੇ ਅਤੇ ਧਰਨਾ ਚੁਕਾ ਦਿੱਤਾ ਸੀ। ਅਸੀਂ ਹੁਣ ਜਿਹੜਾ ਅਗਲਾ ਐਕਸ਼ਨ ਸ਼ੁਰੂ ਕਰਨੇ ਜਾ ਰਹੇ ਹਾਂ, ਅਸੀਂ ਸਰਕਾਰ ਦੇ 2 ਹਫ਼ਤੇ ਦਾ ਟਾਈਮ ਲਾਂਗੇ, ਅੱਗੇ 2 ਹਫ਼ਤੇ ਦੇ ਅੰਦਰ ਦਾ ਜੇ ਇਹਦਾ ਕੋਈ ਮਸਲਾ ਹੱਲ ਨਾ ਕੀਤਾ ਗਿਆ ਤਾਂ ਅਸੀਂ ਲਗਾਤਾਰ ਧਰਨਾ ਸ਼ੁਰੂ ਕਰਾਂਗੇ ਅਤੇ ਹੋਰ ਵੱਡੇ ਪੱਧਰ 'ਤੇ ਧਰਨਾ ਦਿਖਾਵਾਂਗੇ, ਪੂਰੇ ਪੰਜਾਬ ਲੈਵਲ 'ਤੇ ਧਰਨਾ ਖੜਾਂਗੇ। ਇਸ ਲਈ ਮੈਂ ਇਹ ਕਹਿਣਾ ਚਾਹੁੰਦਾ, ਸਰਕਾਰ ਨੂੰ ਜਲਦ ਤੋਂ ਜਲਦ ਇਹਨਾਂ ਗਰੀਬਾਂ ਦੀ ਗੱਲ ਸੁਣਨੀ ਚਾਹੀਦੀ ਆ, ਅਗਰ ਜੇ ਹੁਣ ਨਾ ਸੁਣੀ ਤਾਂ ਸਾਡੀ ਮਜ਼ਬੂਰ ਨਾ ਕੀਤਾ ਜਾਵੇ, ਕਿਉਂਕਿ ਅਸੀਂ ਮਜ਼ਦੂਰ ਲੋਕ ਹਾਂ, ਲਗਾਤਾਰ ਅਸੀਂ ਬਹਿਣਾ ਵੀ ਜਾਣਦੇ ਹਾਂ। ਇਸ ਕਰਕੇ ਮੈਂ ਇੰਨੀਆਂ ਗੱਲਾਂ ਕਰਦਾ ਹੋਇਆ ਧੰਨਵਾਦ ਕਰਨਾ ਵੀ ਤੁਹਾਡੇ ਪ੍ਰੈਸ ਵਾਲੇ ਵੱਲੋਂ ਵੀ ਸਰਕਾਰ ਨੂੰ ਲਗਾਤਾਰ ਇਹਨਾਂ ਗਰੀਬਾਂ ਦੀ ਸੁਣਨੀ ਚਾਹੀਦੀ। ਅੱਜ ਫਿਰ ਇੱਕ ਵਾਰ ਜਿਹੜਾ ਦਿਹਾਤੀ ਮਜ਼ਦੂਰ ਵੱਲੋਂ ਮੁੜ ਕੇ ਇੱਕ ਧਰਨਾ ਦਿੱਤਾ ਜਾ ਰਿਹਾ ਔਰ ਮੰਗ ਪੱਤਰ ਦੇਣ ਦੀ ਤਿਆਰੀ ਹੈ, ਕੀ ਕਹਿਣਾ ਤੁਹਾਡਾ ਇਸ ਬਾਰੇ? ਅੱਜ ਦਾ ਜਿਹੜਾ ਮੰਗ ਪੱਤਰ ਆ ਇੱਥੇ ਪਠਾਨਕੋਟ ਦਾ ਮਸਲਾ ਜੀ, ਇੱਥੇ ਵੱਖ ਵੱਖ ਪਿੰਡਾਂ 'ਚੋਂ ਇਹ ਬਿਲਕੁਲ ਜੈਨੂਅਲ ਜਿਹੜੇ ਗਰੀਬ ਜਿਹੇ ਲੋਕਾਂ ਦੇ ਕਾਰਡ ਆ, ਜਿਹੜੇ ਉਹ ਲੋਕ ਆ ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਦੇ ਆ, ਦਿਹਾੜੀ ਕਰਦੇ ਆ, ਉਹਨਾਂ ਲੋਕਾਂ ਦੇ ਕਾਰਡ ਕੱਟੇ ਗਏ। ਦੂਜੇ ਬੰਨੇ ਸਰਵਿਆਂ ਦੇ ਅੰਦਰ ਜਿਹੜੇ ਵੱਡੇ ਜ਼ਮੀਨਾਂ ਦੇ ਮਾਲਕ ਆ ਜਾਂ ਉਹ ਹੋਰ ਜਿਨ੍ਹਾਂ ਦੇ ਆਮਦਨ ਦੇ ਵਸੀਲੇ ਹੈਗੇ ਆ, ਉਹਨਾਂ ਦੇ ਕਾਰਡ ਜਾਰੀ ਆ। ਇਸ ਲਈ ਇਸ ਧੱਕੇ ਵਜੋਂ ਜਿਹੜਾ ਪਿਛਲੇ ਸਮੇਂ ਤੋਂ ਸਾਥੀਆਂ ਨੇ ਇੱਥੇ ਪਹਿਲਾਂ ਵੀ ਧਰਨਾ ਲਾ ਛੱਡਿਆ, ਉਹ ਤੋਂ ਬਾਅਦ ਪ੍ਰਸ਼ਾਸਨਿਕ ਨਾਲ ਇਹਨਾਂ ਦਾ ਟਾਈ ਅਪ ਕਰਕੇ ਇਹਨਾਂ ਨੂੰ ਕੋਈ ਸਮਾਂ ਦਿੱਤਾ ਗਿਆ ਸੀ ਕਿ ਸਾਨੂੰ ਇੰਨਾ ਕੁ ਸਮਾਂ ਦੇ ਦਿਓ, ਅਸੀਂ ਤੁਹਾਡੇ ਕਾਰਡ ਬਣਾ ਦਿਆਂਗੇ। ਉਹ ਕਾਰਡ ਬਹਾਲ ਨਹੀਂ ਹੋਏ, ਅੱਜ ਫਿਰ ਇਹਨਾਂ DC ਕੰਪਲੈਕਸ 'ਚ ਵੱਡਾ ਜਿਹੜਾ ਧਰਨਾ ਇਸ ਕਰਕੇ ਲਾਇਆ ਕਿ ਇਹਨਾਂ ਦੇ ਕਾਰਡ ਜਿਉਂ ਦੀ ਤਿਉਂ, ਔਰ ਸਟੇਟ ਕਮੇਟੀ ਵੱਲੋਂ ਅਸੀਂ ਜਿੱਥੇ ਇਹਨਾਂ ਨੂੰ ਵਿਸ਼ਵਾਸ ਵੀ ਦਵਾਉਂਦੇ ਹਾਂ, ਉਹਨਾਂ ਵਾਲੇ ਸਮੇਂ ਜੇਕਰ ਇਹਨਾਂ ਨੇ ਕਾਰਡਾਂ ਦਾ ਮਸਲਾ ਨਹੀਂ ਹੱਲ ਹੁੰਦਾ ਤਾਂ ਪੰਜਾਬ ਲੈਵਲ 'ਤੇ ਸੂਬਾ ਕਮੇਟੀ ਮੈਂਬਰ ਦਿਹਾਤੀ ਮਜ਼ਦੂਰ ਸਭਾ ਵੱਲੋਂ ਚੇਚੇ ਤੌਰ 'ਤੇ ਸੂਬਾ ਕਮੇਟੀ ਨੇ ਸਾਨੂੰ ਇੱਥੇ ਭੇਜਿਆ ਵਾ, ਲੰਮੇ ਸਮੇਂ ਤੋਂ ਇਹਨਾਂ ਦੀ ਲਟਕਦੀ ਮੰਗ ਆ ਇਹ ਮਜ਼ਦੂਰਾਂ ਦੀ, ਜਿਹੜੀ ਬਿਲਕੁਲ ਹੱਕੀ ਅਤੇ ਜਾਇਜ਼ ਆ ਕਿ ਜਿਹੜੇ ਲੋਕ ਯੋਗ ਸੀ
ਉਹਨਾਂ ਲੋਕਾਂ ਦੇ ਕਾਰਡ ਕੱਟੇ ਗਏ ਜਿਹੜੇ ਲੋਕਾਂ ਦੇ ਕੱਟੇ ਜਾਣੇ ਚਾਹੀਦੇ ਸੀ ਉਹਨਾਂ ਦੇ ਕਾਰਡ ਉਸੇ ਤਰ੍ਹਾਂ ਠੀਕ ਠਾਕ ਬਹਾ ਲਿਆ। ਕੁਝ ਮੈਂ ਸੁਣਿਆ ਕੁਛ 6000 ਕਾਰਡ ਕੱਟਿਆ ਜਿਹਦੇ ਵਿੱਚੋਂ 1500 ਕਾਰਡ ਜਿਹੜਾ ਵਾ ਉਹ ਸੱਚੀ ਕੱਟਿਆ ਜਾਣ ਵਾਲਾ ਹੀ ਕੱਟਿਆ ਜਾਣਾ ਚਾਹੀਦਾ ਹੈ। 45-46-100 ਇਹੋ ਜਿਹਾ ਕਾਰਡ ਆ ਜਿਹੜਾ ਕੱਟ ਕੇ ਇਹ ਲਾਲਚਾਂ ਦੇ ਨਾਲ ਲੋਕਾਂ ਨੂੰ ਬਰਬਾਦ ਕਰ ਰਿਹਾ। ਆਪ ਵੀ ਇਹਨਾਂ ਪਿੰਡਾਂ ਦੇ ਵਿੱਚ ਪਹਿਲਾਂ ਜਾਂਦਾ ਆਉਂਦਾ ਫਿਰਦਾ ਤੁਰਦਾ ਰਿਹਾ, ਉਹਨੂੰ ਇਹਨਾਂ ਲੋਕਾਂ ਦੀਆਂ ਹਾਲਾਤਾਂ ਦਾ ਪਤਾ ਸੀ ਅਤੇ ਫਿਰ ਵੀ ਉਹਨਾਂ ਨੂੰ ਪਰੇਸ਼ਾਨ ਇਸ ਕਰਕੇ ਕਰ ਰਿਹਾ ਕਿ ਇਹਨਾਂ ਲੋਕਾਂ ਨੇ ਇਹਨੂੰ ਨਹੀਂ ਵੋਟਾਂ ਪਾਈਆਂ, ਉਹਨਾਂ ਨੇ ਹੋਰ ਕਿਤੇ ਵੋਟਾਂ ਪਾਈਆਂ ਹੋਣੀਆਂ। ਜਿਹੜਾ ਸਾਡਾ ਸੂਬੇ ਦਾ ਇਹ ਪ੍ਰੋਗਰਾਮ ਬਣਿਆ, ਸਾਡਾ ਵੀ 8 ਜਥੇਬੰਦੀਆਂ ਦਾ ਇੱਕ ਸਾਂਝਾ ਮੋਰਚਾ ਬਣਿਆ ਵਾ, ਹੋਰ ਵੀ ਵਿੱਚ ਜਥੇਬੰਦੀਆਂ ਉਹਦੇ ਵਿੱਚ ਆ ਰਹੀਆਂ। ਉਹਦੇ 'ਚ ਇਹ ਜਿਹੜੀ ਰਾਸ਼ਨ ਦੀ ਆ ਸਪਲਾਈ ਵੰਡ ਦੀ ਜਿਹੜੀ ਮੰਗ ਆ ਇਹ ਸਾਡੀ ਅਹਿਮ ਮੰਗ ਆ, ਇਹਦੇ 'ਤੇ ਅਸੀਂ ਲੜਾਈ ਲਗਾਤਾਰ ਦੇ ਰਹੇ ਹਾਂ ਅਤੇ ਅਸੀਂ ਇਸ ਇਹਨਾਂ ਨੂੰ ਵੀ ਨਾਲ ਲੈ ਕੇ ਸਾਥੀਆਂ ਨੂੰ ਅਤੇ ਅੱਗੇ ਵੱਡਾ ਮੋਰਚਾ ਜਿਹੜਾ ਇਹਨਾਂ 15 ਮੰਗਾਂ ਦੇ ਉੱਤੇ ਲਾਉਣਾ ਵਾ। ਪਹਿਲਾਂ ਅਸੀਂ MLA ਨੂੰ ਇਹ ਮੰਗ ਪੱਤਰ ਦੇ ਚੁੱਕੇ ਹਾਂ, ਫਿਰ ਉਹ ਤੋਂ ਬਾਅਦ ਅਤੇ 4 ਮੰਤਰੀਆਂ ਦੇ ਘਰ ਘੇਰੇ ਸੀ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਇਹਨਾਂ ਨੇ ਅਸੀਂ ਤਰਨ ਤਾਰਨ ਵਾਲਿਆਂ ਨੇ ਉੱਥੇ ਜਿਹੜਾ ਸਾਡੇ ਹੈਗਾ ਮੰਤਰੀ ETO ਹਰਭਜਨ ਸਿੰਘ ETO ਉਹਨੂੰ ਘੇਰਿਆ ਸੀ ਬਿਜਲੀ ਮੰਤਰੀ ਨੂੰ ਅਤੇ ਬਾਕੀ ਸਾਰਿਆਂ ਨੇ ਆਪੋ ਆਪਣੇ ਜਿੱਥੇ ਉਹਨਾਂ ਦੇ ਮਾਝੇ ਦੁਆਬੇ ਮਾਲਵੇ ਦੇ ਬਣਦੇ ਸੀ ਉੱਥੇ ਉਹਨਾਂ ਘੇਰ ਕੇ ਮੰਗ ਪੱਤਰ ਉਹਨਾਂ ਨੂੰ ਦਿੱਤੇ ਆ। ਚੇਤਾਵਨੀ ਦਿੱਤੀ ਆ ਵੀ ਜੇ ਤੁਸੀਂ ਸਾਡੇ ਨਾਲ ਗੱਲਬਾਤ ਇਹਦੇ ਸੰਬੰਧ 'ਚ ਨਹੀਂ ਕੀਤੀ, ਇਹਨਾਂ ਦੇ ਮਸਲੇ ਹੱਲ ਨਹੀਂ ਕਰਦੇ ਅਤੇ ਫਿਰ ਅਸੀਂ ਕੋਈ ਵੱਡਾ ਮੋਰਚਾ ਜਿਹੜਾ ਵਾ ਆ ਫਰਵਰੀ ਤੋਂ ਬਾਅਦ ਆ ਜਦੋਂ ਥੋੜ੍ਹੀ ਜਿਹੀ ਠੰਡ ਨਿਕਲ ਜਾਂਦੀ ਆ ਉਹ ਚੰਡੀਗੜ੍ਹ ਬਣਾਉਂਦੇ ਆ ਖਰਾਬ ਕਰ ਰਿਹਾ। ਇਹ ਜਿਹੜੇ ਅਫਸਰਸ਼ਾਹੀ ਵੀ ਉਹਨਾਂ ਦਾ ਸਾਥ ਦੇ ਰਹੀ ਆ, ਗਰੀਬਾਂ ਦਾ ਸਾਥ ਨਹੀਂ ਦੇ ਰਹੀ, ਇਹਨਾਂ ਨੂੰ ਇਹ ਬਣਦੀਆਂ ਸਜਾਵਾਂ ਦਿਵਾਉਣ ਲਈ ਅਸੀਂ ਆਪਣਾ ਉਹ ਮੋਰਚਾ ਵਿੱਢਾਂਗੇ। ਉਹ ਕਿੱਥੋਂ ਤੱਕ ਲੈ ਕੇ ਜਾਵਾਂਗੇ ਇਹ ਅੱਗੇ ਫੈਸਲਾ ਜਿਹੜਾ ਉਹ ਤੈਅ ਹੋਊਗਾ। ਬਸ ਇਹੋ ਸ਼ਬਦ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਦਵਿਕਾ ਕੀ ਸਾਲ ਕੀ ਸਭਸੇ ਬੜੀ ਬੋਕਸਿੰਗ ਡੇ ਸੇਲ ਮੇ ਆਏ ਔਰ 70% ਤੱਕ ਡਿਸਕਾਊਂਟ ਪਾਏ। ਲੇਡੀ ਸੂਟਸ, ਲਹਿੰਗਾਸ, ਗਾਊਨਸ, ਸ਼ਾਲਸ, ਗਰਮ ਸੂਟ ਔਰ ਜੈਂਟਸ ਲੋਈਸ। ਐਡਰੈਸ: A3 ਪਟੇਲ ਚੌਂਕ, ਪਠਾਨਕੋਟ, ਗੁਰਦਾਸਪੁਰ, ਬਾਟਾ ਚੌਂਕ, ਸਾਹੂਵਾਲੀਆ ਕੰਪਲੈਕਸ, ਚਰਚ ਕੇ ਨਜ਼ਦੀਕ। ਕਹੀਂ ਸੁਣਾ ਹੈ ਰਿਟੇਲ ਕੀ ਦੁਕਾਨ ਪਰ ਹੋਲਸੇਲ ਕਾ ਦਾਮ? ਜੀ ਹਾਂ, ਨਵਿਆ ਲੇਕਰ ਆਇਆ ਹੈ ਡਿਜ਼ਾਈਨਰ ਸੂਟਸ, ਕੁਰਤੀਸ ਔਰ ਫੈਬਰਿਕਸ। ਸਭਸੇ ਸਸਤਾ, ਸਭਸੇ ਅੱਛਾ, ਡਿਫੈਂਸ ਰੋਡ, ਮਮੂਲ, ਪਠਾਨਕੋਟ। ਕੰਟੈਕਟ 9614196141। ਪ੍ਰਭਦਿਆਲ ਗਜਾਧਾਰੀ ਜਵੈਲਰਸ ਜੋ ਹੈ ਪਿਛਲੇ 75 ਸਾਲੋਂ ਸੇ ਆਪ ਸਭੀ ਕਾ ਭਰੋਸਾ, ਆਪਕੀ ਖੁਸ਼ੀਓਂ ਕੇ ਸਾਥ। ਆਸ਼ਾ ਪੂਰਨੀ ਮੰਦਿਰ ਪਠਾਨਕੋਟ ਸੇ ਮਨਚੰਦਾ ਟਾਵਰ ਡਲਹੌਜ਼ੀ ਰੋਡ। ਪ੍ਰਭਦਿਆਲ ਗਜਾਧਾਰੀ ਜਵੈਲਰਸ ਜੋ ਹੈ ਪਿਛਲੇ 75 ਸਾਲੋਂ ਸੇ ਆਪ ਸਭੀ ਕਾ ਭਰੋਸਾ, ਆਪਕੀ ਖੁਸ਼ੀਓਂ ਕੇ ਸਾਥ। ਆਸ਼ਾ ਪੂਰਨੀ ਮੰਦਿਰ ਪਠਾਨਕੋਟ ਸੇ ਮਨਚੰਦਾ ਟਾਵਰ ਡਲਹੌਜ਼ੀ ਰੋਡ। ਪ੍ਰਭਦਿਆਲ ਗਜਾਧਾਰੀ ਜਵੈਲਰਸ ਜੋ ਹੈ ਪਿਛਲੇ 75 ਸਾਲੋਂ ਸੇ ਆਪ ਸਭੀ ਕਾ ਭਰੋਸਾ, ਆਪਕੀ ਖੁਸ਼ੀਓਂ ਕੇ ਸਾਥ। ਆਸ਼ਾ ਪੂਰਨੀ ਮੰਦਿਰ ਪਠਾਨਕੋਟ ਸੇ ਮਨਚੰਦਾ ਟਾਵਰ ਡਲਹੌਜ਼ੀ ਰੋਡ।